ਹੈਲੋ ਸਟੂਡੈਂਟ, ਮੈਂ ਅੱਜ ਤੁਹਾਨੂੰ ਦੁਲਹਨ ਇਕਾਂਗੀ ਦਾ ਵਿਸ਼ਾ ਵਸਤੂ ਕਰਾਉਣ ਜਾ ਰਹੀ ਹਾਂ। ਦੁਲਹਨ ਇਕਾਂਗੀ ਪੰਜਾਬੀ ਇਕਾਂਗੀ ਦੇ ਨਾਟਕ ਨਾਟਕ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਦੀ ਲਿਖੀ ਹੋਈ ਹੈ। ਭਾਵੇਂ ਪੰਜਾਬੀ ਵਿੱਚ ਭਾਈ ਵੀਰ ਸਿੰਘ ਦੇ ਨਾਟਕ ਰਾਜਾ ਲਖਦਾਤਾ ਸਿੰਘ ਨਾਲ ਨਾਟਕ ਦਾ ਬੁੱਢ ਵੱਜਿਆ ਸੀ, ਪਰੰਤੂ ਇਹ ਮੰਚਮੁੱਖ ਨਹੀਂ ਸੀ। ਇਕਾਂਗੀ ਅਤੇ ਨਾਟਕ ਇੱਕ ਦਰਸ਼ਨੀ ਕਲਾ ਹੈ, ਇਸ ਲਈ ਦੁਲਹਨ ਇਕਾਂਗੀ ਪੰਜਾਬੀ ਸਾਹਿਤ ਦੀ ਪਹਿਲੀ ਇਕਾਂਗੀ ਹੈ ਜੋ ਰੰਗਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਗਈ। ਇਹ ਇਕਾਂਗੀ ਇਹ ਚਾਹੇ ਆਪਾਂ ਕਹੀਏ ਵੀ ਨਾਟਕ ਦੀ ਸ਼ੁਰੂਆਤ ਭਾਈ ਵੀਰ ਸਿੰਘ ਦੇ ਨਾਟਕ ਰਾਜਾ ਲਖਦਾਤਾ ਸਿੰਘ ਤੋਂ ਹੋਈ, ਪਰ ਇਹ ਕਹਿਣਾ ਬਿਲਕੁਲ ਵੀ ਵਾਜਿਬ ਨਹੀਂ ਲੱਗਦਾ, ਕਿਉਂਕਿ ਜਿਹੜਾ ਨਾਟਕ ਹੈ ਉਹ ਇੱਕ ਦਰਸ਼ਨੀ ਕਲਾ ਹੈ, ਪਰ ਜਿਹੜਾ ਰਾਜਾ ਲਖਦਾਤਾ ਸਿੰਘ ਸੀ ਉਹ ਮੰਚ 'ਤੇ ਨਹੀਂ ਖੇਡਿਆ ਗਿਆ ਸੀ। ਅਤੇ ਉਹਦੇ ਕੰਪੈਰੀਜ਼ਨ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਦੁਲਹਨ ਇਕਾਂਗੀ ਸੀ ਉਹ ਰੰਗਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਗਈ ਸੀ, ਅਤੇ ਉਹਦੇ ਅਕੋਰਡਿੰਗ ਹੀ ਉਹ ਜਦੋਂ ਉਹਨੂੰ ਰੰਗਮੰਚ 'ਤੇ ਖੇਡਿਆ ਗਿਆ ਤਾਂ ਉਦੋਂ ਉਹ ਲੋਕਾਂ ਨੇ ਉਹਦੀ ਕਾਫ਼ੀ ਪ੍ਰਸ਼ੰਸਾ ਕੀਤੀ। ਜਿਵੇਂ ਇਸ ਇਕਾਂਗੀ ਦੱਸਿਆ ਗਿਆ ਕਿ ਇੱਕ ਵੱਡੇ ਨਾਟਕ ਵਾਲਿਆਂ ਦਾ ਵਿਸ਼ਾ ਹੈ। ਇਕਾਂਗੀ ਘਰ ਸਾਡੇ ਪੇਂਡੂ ਸਮਾਜ ਵਿੱਚ ਬਾਲ ਵਿਆਹ ਦੀ ਸਮੱਸਿਆ ਨੂੰ ਸਮਾਜ ਦੀਆਂ ਹੋਰ ਕਈ ਮੁਸ਼ਕਲਾਂ ਨਾਲ ਜੋੜ ਕੇ ਇਹ ਦੇਖਦਾ ਹੈ। ਲਗਭਗ ਇੱਕ ਸਦੀ ਪਹਿਲਾਂ ਉਸਨੇ ਅਜਿਹੇ ਇਕਾਂਗੀ ਦੀ ਰਚਨਾ ਕੀਤੀ ਜਿਸ ਨਾਲ ਪੰਜਾਬੀ ਦੇ ਮੰਚਮੁੱਖ ਨਾਟਕ ਦਾ ਜਨਮ ਹੋਇਆ। ਜਿਹੜਾ ਇਕਾਂਗੀਕਾਰ ਈਸ਼ਵਰ ਚੰਦਰ ਨੰਦਾ, ਉਹਨੇ ਅੱਜ ਤੋਂ ਕਿੰਨੇ ਸਮਾਂ ਪਹਿਲਾਂ ਇਹ ਜਿਹੜਾ ਇਕਾਂਗੀ ਲਿਖਿਆ ਸੀ, ਅਤੇ ਉਹਨੇ ਜਦੋਂ ਇਕਾਂਗੀ ਲਿਖਿਆ ਉਦੋਂ ਹੀ ਨਾਟਕ ਦਾ ਜਿਵੇਂ ਕਹਿੰਦੇ ਨਾ ਮੁੱਢ ਵੱਜਿਆ ਸੀ, ਜਦੋਂ ਜਿਵੇਂ ਮੰਚਮੁੱਖ ਨਾਟਕ ਦਾ ਮੰਚਮੁੱਖ ਮਤਲਬ ਜਿਹੜਾ ਸਟੇਜ 'ਤੇ ਪਰਫੋਰਮ ਹੋ ਸਕਦਾ ਹੈ। ਬਾਲ ਵਿਆਹ ਨੂੰ ਜਨਮ ਦੇਣ 'ਤੇ ਇਸ ਪਰੰਪਰਾ ਨੂੰ ਚੱਲਦੇ ਰੱਖਣ ਲਈ ਦੋ ਸਮਾਜਿਕ ਬੁਰਾਈਆਂ ਵੱਲ ਲੇਖਕ ਨੇ ਬਹੁਤ ਜ਼ਿਆਦਾ ਧਿਆਨ ਦਵਾਇਆ ਹੈ। ਹੁਸ਼ਿਆਰਚੰਦ ਦੀ ਜਿਹੜੀ ਗਰੀਬੀ ਹੈ ਉਸ ਨੂੰ ਆਪਣੀ ਜਵਾਨ ਦੀ ਇੱਕ ਬੁੱਢੇ ਦੁਹਾਜੂ ਕੋਲ ਵੇਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਇਕਾਂਗੀ ਜਿਹੜਾ ਹੁਸ਼ਿਆਰਚੰਦ ਹੈ, ਜਿਹੜਾ ਇਕਾਂਗੀ ਦਾ ਮੁੱਖ ਪਾਤਰ ਹੈ, ਉਹ ਹੁਸ਼ਿਆਰਚੰਦ ਜਿਹੜਾ ਆਪਣੀ ਲੜਕੀ ਨੂੰ ਪੈਸਿਆਂ ਦੀ ਜ਼ਰੂਰਤ ਵਾਸਤੇ ਇੱਕ ਬੁੱਢੇ ਆਦਮੀ ਨੂੰ ਵੇਚ ਦਿੰਦਾ ਹੈ। ਉਸਦੀ ਜਿਹੜੀ ਪਤਨੀ ਕੋਰਾਂ ਉਸਦੀ ਅਸਲੀਅਤ ਦੇ ਸਾਹਮਣੇ ਗੋਡੇ ਟੇਕ ਦਿੰਦੀ ਹੈ। ਜਦੋਂ ਉਹਨੂੰ ਪਤਾ ਚੱਲਦਾ ਨਾ ਉਸਦੀ ਪਤਨੀ ਕੋਰਾਂ ਨੂੰ ਵੀ ਹੁਸ਼ਿਆਰਚੰਦ ਨੇ ਉਸ ਨਾਲ ਝੂਠ ਬੋਲ ਕੇ ਧੋਖਾ ਕਰਕੇ ਉਹਨਾਂ ਦੀ ਬੱਚੀ ਦਾ ਵਿਆਹ ਇੱਕ ਬੁੱਢੇ ਨਾਲ ਕਰ ਦਿੱਤਾ ਹੈ, ਤਾਂ ਉਹ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ। ਪਰ ਉਹਦੇ ਵਿੱਚ ਉਹ ਕੁਛ ਵੀ ਨਹੀਂ ਕਰ ਸਕਦੀ, ਕਿਉਂਕਿ ਉਹਨਾਂ ਦੀ ਘਰ ਦੀ ਸਥਿਤੀ ਇੰਨੀ ਬੁਰੀ ਹੁੰਦੀ ਹੈ, ਆਪਦੇ ਘਰ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਸੀ, ਉਸ ਨੂੰ ਵੀ ਉਹਨਾਂ ਦੀ ਉਸ ਨਾਲ ਰਜਾਮੰਦ ਹੋਣਾ ਪੈਂਦਾ ਹੈ। ਇੰਨਾ ਗਰੀਬੀ ਉਹਨਾਂ ਦੀ ਇਸ ਗਰੀਬੀ ਤੋਂ ਦੇ ਸਾਹਮਣੇ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ। ਅਜੇ ਉਹਨਾਂ ਨੂੰ ਇੱਕ ਹੋਰ ਵੀ ਦੀਵਿਆਂ ਨਹੀਂ ਸੀ, ਕਰਜ਼ਾ ਉਹਨਾਂ ਦੇ ਸਿਰ 'ਤੇ ਪਹਿਲਾਂ ਹੀ ਇੰਨਾ ਹੈਗਾ ਸੀ। ਉਹਨਾਂ ਦੀ ਇੱਕ ਹੋਰ ਵੀ ਬੇਟੀ ਹੁੰਦੀ ਹੈ ਜਿਹਨਾਂ ਨਾਮ ਲਾਜੋ ਹੁੰਦਾ ਹੈ। ਉਹਨਾਂ ਨੇ ਲਾਜੋ ਦਾ ਵਿਆਹ ਵੀ ਕਰਨਾ ਸੀ ਅਤੇ ਮੇਲੋ ਦਾ ਵਿਆਹ ਵੀ ਕਰਨਾ ਸੀ। ਦੋਨਾਂ ਦੇ ਵਿਆਹ ਕਰਨ ਦੇ ਨਾਲ ਨਾਲ ਉਹਨਾਂ ਦੇ ਸਿਰ ਉੱਤੇ ਇੱਕ ਭਾਰੀ ਕਰਜ਼ਾ ਵੀ ਸੀ। ਕਰਜ਼ਾ ਹੋਣ ਦੇ ਨਾਲ ਨਾਲ ਉਹਨਾਂ ਨੇ ਇਹ ਸੋਚਿਆ ਵੀ ਉਹਨਾਂ ਨੂੰ ਇਸ ਤਰ੍ਹਾਂ ਹੀ ਕਰਨਾ ਬਹੁਤ ਜ਼ਿਆਦਾ ਠੀਕ ਹੈ, ਕਿਉਂਕਿ ਉਹਨਾਂ ਕੋਲ ਕੋਈ ਹੋਰ ਰਾਸਤਾ ਨਹੀਂ ਸੀ। ਜੇ ਆਪਾਂ ਦੂਜੇ ਪਾਸੇ ਗੱਲ ਕਰੀਏ, ਦੂਜੇ ਪਾਸੇ ਜਿਹੜਾ ਬੁੱਢਾ ਹੈ, ਇਸ ਨੂੰ ਵਿਆਹ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਇਸ ਉਮਰ ਵਿੱਚ ਇੱਕ ਹੋਰ ਪੁੱਤਰ ਪੈਦਾ ਕਰੇ। ਜਿਹੜਾ ਹੁਸ਼ਿਆਰਚੰਦ ਜਿਹੜੇ ਦੁਹਾਜੂ ਬੁੱਢੇ ਨਾਲ ਉਹਦਾ ਵਿਆਹ ਕਰਨਾ ਚਾਹੁੰਦਾ ਹੈ, ਉਹ ਜਿਹੜਾ ਬੁੱਢਾ ਹੈ ਉਹਦੇ ਮਨ 'ਚ ਇਹ ਹੁੰਦੀ ਉਹ ਮੰਗ ਵੀ ਉਹ ਇੱਕ ਹੋਰ ਵੀ ਬੱਚਾ ਪੈਦਾ ਕਰੇ। ਉਸਦੇ ਪਹਿਲੇ ਪੁੱਤਰ ਜਿਹੜੀ ਸਾਰੀ ਜਾਇਦਾਦ ਨਾ ਲੈ ਜਾਣ, ਉਹਨੂੰ ਆ ਸੀ ਵੀ ਮੇਰੇ ਦੋ ਪੁੱਤਰ ਹੋ ਜਾਣਗੇ, ਦੋਨਾਂ ਵਿੱਚ ਇਹ ਜਾਇਦਾਦ ਵੰਡੀ ਜਾਏਗੀ। ਜਿੱਥੇ ਹੁਸ਼ਿਆਰਚੰਦ ਆਪਣੀ ਗਰੀਬੀ ਲੜ ਰਿਹਾ ਸੀ, ਉੱਥੇ ਬੁੱਢਾ ਲਾੜਾ ਆਪਣੀ ਅਮੀਰੀ ਵਿੱਚ ਪੈਦਾ ਹੋਇਆ ਸਮੱਸਿਆਵਾਂ ਅਤੇ ਹੰਕਾਰਨ ਕਾਰਨ ਇਸ ਪਾਸੇ ਤੁਰਿਆ ਹੋਇਆ ਸੀ ਕਿ ਇਹਨਾਂ ਦੋਹਾਂ ਧੀਰਾਂ ਦਾ ਮੁਸ਼ਕਲਾਂ ਦਾ ਭਾਰ ਮੇਲੋ ਦੇ ਸਿਰ 'ਤੇ ਪੈ ਜਾਂਦਾ। ਇਹ ਜੇਕਰ ਆਪਾਂ ਗੱਲ ਕਰੀਏ, ਜੇਕਰ ਹੁਸ਼ਿਆਰਚੰਦ ਦੀ ਗਰੀਬੀ ਦੀ ਆਪਾਂ ਗੱਲ ਕਰੀਏ ਅਤੇ ਨਾਲ ਇੱਕ ਬੁੱਢੇ ਦੀ ਜ਼ਰੂਰਤ ਦੀ, ਉਹਦੇ ਸ਼ੌਂਕ ਦੀ, ਉਹਦੇ ਅਮੀਰੀ ਦੀ, ਉਹਦੇ ਹੰਕਾਰ ਦੀ ਗੱਲ ਕਰੀਏ, ਤਾਂ ਇਹ ਸਾਰਾ ਜਿਹੜੀ ਸਮੱਸਿਆ ਜਿਹੜੀ ਹੈ ਉਹ ਕਿਹਦੇ ਸਿਰ 'ਤੇ ਪੈ ਜਾਂਦੀ ਹੈ? ਮੇਲੋ ਦੇ ਸਿਰ 'ਤੇ। ਜਿਹੜੀ ਮੇਲੋ ਜਿਹੜੀ ਬਿਲਕੁਲ ਹੀ ਮਤਲਬ ਰਾਜੀ ਨਹੀਂ ਹੁੰਦੀ ਵਿਆਹ ਕਰਾਉਣਾ ਸੀ ਬੁੱਢੇ ਨਾਲ, ਇਸ ਹਾਲਤ 'ਚ ਮੇਲੋ ਆਪਦੀ ਸਹੇਲੀ ਦੀ ਰਾਏ ਮੰਨਦੀ ਹੈ ਅਤੇ ਘਰੋਂ ਭੱਜ ਜਾਂਦੀ ਹੈ। ਇਸ ਅਨਜੋੜ ਵਿਆਹ ਦਾ ਦੁਖਾਂਤ ਉਸ ਸਮੇਂ ਸਿਖਰ 'ਤੇ ਪਹੁੰਚਦਾ ਜਦੋਂ ਹੁਸ਼ਿਆਰਚੰਦ ਕੋਰਾਂ ਨੂੰ ਇਹ ਕਹਿੰਦਾ, ਛੇਤੀ ਕਰ ਲਾਵਾਂ ਵਾਲੀ ਚੁੰਨੀ ਪਾ ਲਾਜੋ 'ਤੇ, ਨਹੀਂ ਤਾਂ ਰਹਿ ਨਹੀਂ ਉਹ ਆਉਂਦੀ। ਜਦੋਂ ਇਹ ਇਕਾਂਗੀ ਦੇ ਅੰਤ ਵਿੱਚ ਇੰਨਾ ਜ਼ਿਆਦਾ ਦੁੱਖ ਵਾਪਰਦਾ ਹੈ ਕਿ ਜਦੋਂ ਉਹ ਮੇਲੋ ਘਰੋਂ ਭੱਜ ਜਾਂਦੀ ਹੈ ਅਤੇ ਜਿਹੜੀ ਉਹਦੀ ਛੋਟੀ ਭੈਣ ਲਾਜੋ ਆਉਂਦੀ ਹੈ, ਤਾਂ ਉਹਦੇ ਕੋਲ ਕੋਈ ਵੀ ਚਾਰਾ ਨਹੀਂ ਹੁੰਦਾ। ਉਹਨੂੰ ਆਉਂਦਾ ਵੀ ਉਹਨਾਂ ਲਾਵਾਂ ਵਾਲੀ ਚੁੰਨੀ ਲਾਜੋ ਦੇ ਸਿਰ 'ਤੇ ਪਾਈਏ, ਨਹੀਂ ਤਾਂ ਉਹਨਾਂ ਦੀ ਇੱਜ਼ਤ ਸਾਰੇ ਸਮਾਜ 'ਚ ਨਹੀਂ ਰਹਿਣੀ। ਹੁਸ਼ਿਆਰਚੰਦ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਲਾਜੋ ਨੂੰ ਲਾਵਾਂ 'ਤੇ ਚੁੱਕ ਕੇ ਲੈ ਜਾਂਦਾ ਹੈ, ਤਾਂ ਕੋਰਾ ਰੋਂਦੀ ਹੋਈ ਕਹਿੰਦੀ ਹੈ, ਹਾਏ ਵੇ ਜ਼ੁਲਮ ਹੋ ਗਿਆ, ਹਾਏ ਵੇ ਜ਼ੁਲਮ ਹੋ ਗਿਆ।
ਇਸ ਇਕਾਂਗੀ ਵਿੱਚ ਵੱਡਾ ਦੁਖਾਂਤ ਇਹ ਵਾਪਰਦਾ ਹੈ ਕਿ ਹੁਸ਼ਿਆਰਚੰਦ ਅਤੇ ਕੋਰਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਲਾਜੋ ਨੂੰ ਬੁੱਢੇ ਨਾਲ ਵਿਆਹ ਦਿੰਦੇ ਹਨ। ਮੇਲੋ ਦਾ ਮਾਝਾ ਨਾ ਵੀ ਸਮੱਸਿਆ ਦਾ ਲੁਕਵਾਂ ਹੱਲ ਹੈ, ਯਾਨੀ ਜੇਕਰ ਆਪਾਂ ਗੱਲ ਕਰੀਏ ਜੇ ਮੇਲੋ ਚੱਲੀ ਜਾਂਦੀ ਹੈ ਤਾਂ ਮੇਲੋ ਦੀ ਜਿਹੜੀ ਸਮੱਸਿਆ ਉਹ ਤਾਂ ਦੂਰ ਹੋ ਜਾਂਦੀ, ਪਰ ਜਿਹੜੀ ਲਾਜੋ ਦੀ ਸਮੱਸਿਆ ਉਹ ਤਾਂ ਆਪਣੇ ਸਾਹਮਣੇ ਖੜੀ ਹੈ। ਉਹ ਉਸਨੂੰ ਸਮਾਜ ਵਿੱਚ ਭੱਜ ਕੇ ਕਿੱਥੇ ਲੈ ਜਾਵੇਗੀ, ਉਸਨੂੰ ਅਗਲੀ ਜ਼ਿੰਦਗੀ ਕਿਹੋ ਜਿਹੀ ਜੀਣੀ ਪਏਗੀ, ਬਾਲੜੀ ਲਾਜੋ ਦਾ ਦੁਲਹਨ ਬਣ ਕੇ ਕੀ ਹਸ਼ਰ ਹੋਵੇਗਾ ਆਦਿ ਅਜਿਹੇ ਸਵਾਲ ਆਪਣੇ ਸਾਹਮਣੇ ਪੈਦਾ ਹੁੰਦੇ ਹੈ ਵੀ ਇਹ ਸਵਾਲਾਂ ਦਾ ਜਵਾਬ ਇਸ ਇਕਾਂਗੀ ਵਿੱਚ ਆਪਾਂ ਨੂੰ ਨਹੀਂ ਮਿਲਦਾ, ਜਿਨ੍ਹਾਂ ਵਿੱਚ ਇਸ ਇਕਾਂਗੀ ਜੇ ਆਪਾਂ ਗੱਲ ਕਰੀਏ ਇਸ ਇਕਾਂਗੀ ਵਿੱਚ ਇਹ ਜਵਾਬ ਬਿਲਕੁਲ ਵੀ ਨਹੀਂ ਹਨ। ਕਿਉਂਕਿ ਦੇਖੋ ਜੇਕਰ ਮੇਲੋ ਘਰੋਂ ਭੱਜ ਜਾਂਦੀ ਹੈ ਉਹ ਕਿਸ ਤਰ੍ਹਾਂ ਜ਼ਿੰਦਗੀ 'ਚ ਹੈਗੀ ਆਪਾਂ ਕੁਛ ਵੀ ਨਹੀਂ ਕਹਿ ਸਕਦੇ। ਜੇਕਰ ਆਪਾਂ ਲਾਜੋ ਦੀ ਗੱਲ ਕਰੀਏ, ਜੇ ਛੋਟੀ ਬੱਚੀ ਜਿਹੜੀ ਗੁੱਡੀਆਂ ਪਟੋਲੇ ਖੇਡਦੀ ਜਿਸ ਨੂੰ ਵਿਆਹ ਦਾ ਮਤਲਬ ਹੀ ਨਹੀਂ ਪਤਾ, ਉਹ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਏਗੀ, ਉਸ ਦੀ ਜ਼ਿੰਦਗੀ ਤਾਂ ਮੌਤ ਦੇ ਬਰਾਬਰ ਹੋ ਜਾਏਗੀ। ਇਸ ਇਕਾਂਗੀਕਾਰ ਪਰ ਇਕਾਂਗੀਕਾਰ ਇਸ ਗੱਲ ਨੂੰ ਸ਼ਕਤੀਸ਼ਾਲੀ ਢੰਗ ਨਾਲ ਕਹਿ ਗਿਆ ਕਿ ਵੀ ਅਜਿਹੀਆਂ ਸਥਿਤੀਆਂ ਵਿੱਚ ਜਵਾਨ ਕੁੜੀਆਂ ਦਾ ਬਲੀ ਦਾ ਬੱਕਰਾ ਬਣਨ ਦੀ ਲੋੜ ਨਹੀਂ, ਉਸ ਦਾ ਇਹ ਹੱਕ ਹੈ ਕਿ ਆਪਣੇ ਭਵਿੱਖ ਦਾ ਖੁਦ ਫੈਸਲਾ ਕਰ ਸਕਣ। ਇੱਥੇ ਇਕਾਂਗੀਕਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਮਾਂ ਬਾਪ ਹੈ ਜਿਹੜੇ ਆਪਣੀ ਬੇਟੀਆਂ ਦਾ ਰਿਸ਼ਤਾ ਉਹਨਾਂ ਤੋਂ ਬਿਨਾਂ ਪੁੱਛੇ ਤੈਅ ਕਰਦੇ ਆ, ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਵੀ ਆਪਦਾ ਭਵਿੱਖ ਸੁਧਾਰਨ ਅਤੇ ਆਪਦਾ ਫੈਸਲਾ ਕਰਨ 'ਤੇ ਉਹਨਾਂ ਦੀ ਵੀ ਰਜ਼ਾਮੰਦੀ ਦਾ ਪੁੱਛਣਾ ਬਹੁਤ ਜ਼ਰੂਰੀ ਹੈ। ਮੈਂ ਅੰਤ ਵਿੱਚ ਇਹ ਕਹਾਂਗੀ ਕਿ ਜਿਹੜੀ ਇਹ ਇਕਾਂਗੀ ਅਨਜੋੜ ਵਿਆਹ ਦੀ ਸਮੱਸਿਆ ਇਸ ਵਿੱਚ ਪੇਸ਼ ਕੀਤੀ ਗਈ ਹੈ, ਜਿਹਦੇ 'ਚ ਕਹਿੰਦਾ ਇੱਕ ਜੇਕਰ ਆਦਮੀ ਅਤੇ ਮਰਦ ਦਾ ਜੇਕਰ ਆਦਮੀ ਅਤੇ ਔਰਤ ਦਾ ਵਿਆਹ ਕਰਨਾ ਤਾਂ ਉਹਦੇ 'ਚ ਜਿਹੜਾ ਉਹਨਾਂ ਦੀ ਉਮਰ ਹੈ ਉਮਰ ਨੂੰ ਜ਼ਰੂਰ ਦੇਖਣਾ ਚਾਹੀਦਾ, ਤਾਂ ਇਸ ਇਕਾਂਗੀ ਵਿੱਚ ਅਨਜੋੜ ਵਿਆਹ ਦੀ ਸਮੱਸਿਆ ਨੂੰ ਪੇਸ਼ ਕਰਦੇ ਅਤੇ ਕਰਜ਼ੇ ਦੇ ਥੱਲੇ ਮਾਂ ਬਾਪ ਦੱਬੇ ਹੋਏ ਆਪਦੀ ਧੀਆਂ ਦੀ ਆਪਦੀ ਮਜਬੂਰੀ ਕਾਰਨ ਆਪਦੀ ਧੀਆਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਕਾਂਗੀਕਾਰ ਆਪਾਂ ਨੂੰ ਇਹ ਕਰਨ ਤੋਂ ਰੋਕ ਰਿਹਾ ਹੈ। ਅਤੇ ਇਸ ਇਕਾਂਗੀ ਦੇ ਕਰਨ ਤੋਂ ਬਾਅਦ ਬੱਚੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਕਹਾਂਗੀ ਜੇ ਜਦੋਂ ਆਪਾਂ ਇਕਾਂਗੀ ਦਾ ਕੁਸ਼ਚਨ ਲਿਖਾਂਗੇ ਸਭ ਤੋਂ ਪਹਿਲਾਂ ਵਿਸ਼ੇ ਵਿੱਚ ਤੁਸੀਂ ਕੀ ਕਰੋਗੇ, ਜਿਹੜੀ ਦੁਲਹਨ ਇਕਾਂਗੀ ਹੈ ਉਸਨੂੰ ਅਤੇ ਜਿਹੜਾ ਉਹਦਾ ਲੇਖਕ ਹੈ ਯਾਨੀ ਜਿਹੜਾ ਇਕਾਂਗੀਕਾਰ ਹੈ ਬਾਈ ਈਸ਼ਵ ਚੰਦਰ ਨੰਦਾ, ਅਤੇ ਇਹਦੇ ਵਿੱਚ ਤੁਸੀਂ ਇਹਨਾਂ ਨੂੰ ਅੰਡਰਲਾਈਨ ਕਰਕੇ ਉਹਨਾਂ ਨੂੰ ਥੱਲੇ ਇਹਨਾਂ ਨੂੰ ਅੰਡਰਲਾਈਨ ਕਰੋਗੇ ਅਤੇ ਇਨਵਰਟਿਡ ਕੋਮਿਆਂ ਵਿੱਚ ਲਿਖੋਗੇ, ਅਤੇ ਇਸ ਦੇ ਨਾਲ ਹੀ ਭਾਈ ਵੀਰ ਸਿੰਘ ਦਾ ਨਾਮ ਆਇਆ, ਉਹਦੇ ਜਿਹੜੇ ਨਾਟਕ ਦਾ ਨਾਮ ਆਇਆ ਉਹਨੂੰ ਵੀ ਤੁਸੀਂ ਅੰਡਰਲਾਈਨ ਕਰੋਗੇ, ਇਨਵਰਟਿਡ ਕੋਮਿਆਂ 'ਚ ਲਿਖੋਗੇ, ਅਤੇ ਤੁਸੀਂ ਇਸ ਤਰ੍ਹਾਂ ਕਰੋਗੇ। ਫਿਰ ਤੁਸੀਂ ਪੈਰਾ ਬਦਲ ਕੇ ਜਦੋਂ ਕੋਟੇਸ਼ਨ ਲਿਖਣੀ ਹੈ ਤੁਸੀਂ ਉਹ ਜਦੋਂ ਤੁਸੀਂ ਕੋਟੇਸ਼ਨ ਲਿਖਣੀ ਉਹ ਤੁਸੀਂ ਆਪਣੀ ਜਿਵੇਂ ਆਪਣੇ ਜਿਹੜੀ ਆ ਤੁਹਾਡੀ ਕਾਪੀ ਦਾ ਪੇਜ ਹੈ ਉਹ ਤੁਹਾਡੀ ਅੱਧੇ ਪੇਜ ਤੋਂ ਸਟਾਰਟ ਹੋਏਗੀ ਅਤੇ ਕੋਟੇਸ਼ਨ ਦੇ ਖੱਬੇ ਪਾਸੇ ਕੁਛ ਵੀ ਨਹੀਂ ਲਿਖਿਆ ਜਾਏਗਾ ਤਾਂ ਕਿ ਜਿਸ ਨਾਲ ਤੁਹਾਡੀ ਕੋਟੇਸ਼ਨ ਦਾ ਪਤਾ ਚੱਲੇ ਵੀ ਤੁਸੀਂ ਇਹ ਕੋਟੇਸ਼ਨ ਲਿਖੀ ਹੈ। ਤੁਹਾਨੂੰ ਇਸ ਤਰ੍ਹਾਂ ਕਰੋਗੇ ਅਤੇ ਲਾਸਟ ਵਿੱਚ ਜਦੋਂ ਆਪਾਂ ਅੰਤ ਕਰਾਂਗੇ ਰਿਜ਼ਲਟ ਜੋ ਵੀ ਤੁਹਾਨੂੰ ਲੱਗਦਾ ਹੈ ਜਿੰਨਾ ਕੁ ਮੈਂ ਤੁਹਾਨੂੰ ਦੱਸਿਆ ਸ਼ਾਇਦ ਇਸ ਤੋਂ 2-4 ਲਾਈਨਾਂ ਤੁਸੀਂ ਇਸ ਤੋਂ ਵਧਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਸਾਰੀਆਂ ਲਾਈਨਾਂ ਤੁਸੀਂ ਅੰਤ ਵਿੱਚ ਚੰਗੀ ਤਰ੍ਹਾਂ ਪੂਰਾ ਰਿਜ਼ਲਟ ਕੱਢੋਗੇ ਤਾਂ ਕਿ ਜਿਹਨਾਂ ਦਾ ਆਪਾਂ ਦੱਸਾਂਗੇ ਜਿਹੜਾ ਇਕਾਂਗੀਕਾਰ ਹੈ ਅਸੀਂ ਉਹਨਾਂ ਦੇ ਉਹ ਆਪਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੇ ਮਾਂ ਬਾਪ ਬਿਨਾਂ ਪੁੱਛੇ ਲੜਕੀਆਂ ਦਾ ਵਿਆਹ ਕਰਦੇ ਹੈ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਵੀ ਆਪਦੇ ਭਵਿੱਖ ਦਾ ਫੈਸਲਾ ਕਰਨਾ ਸੀ, ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਏ ਤਾਂ ਕਿ ਜਿਹੜੀ ਅਨਜੋੜ ਵਿਆਹ ਦੀ ਸਮੱਸਿਆ ਜਿਹੜੀ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਹੁਣ ਦੇ ਟਾਈਮ ਤੱਕ ਨਾ ਰਹੇ ਅਤੇ ਹਰ ਲੜਕੀ ਨੂੰ ਵੀ ਆਪਦੇ ਮਨਪਸੰਦ ਦਾ ਜੀਵਨ ਸਾਥੀ ਮਿਲੇ। ਧੰਨਵਾਦ।